ਬਿਸਮਿਲ੍ਲਾਹ ਰਹਿਮਾਨ ਰਹੀਮ ਤਮਾਮ ਮੇਰੇ ਦੋਸਤਾਂ ਨੂੰ ਮੇਰੇ ਭਰਾਵਾਂ ਨੂੰ ਮੇਰਾ YouTube ਚੈਨਲ ਵੇਖਣ ਵਾਲਿਆਂ ਨੂੰ ਮੇਰੀ ਤਰਫੋਂ ਅਸਲਾਮ ਅਲੈਕਮ ਮੈਂ ਹਾਂ ਤੁਹਾਡਾ ਦੋਸਤ ਤੁਹਾਡਾ ਭਰਾ ਗਾਰਡਨ ਮਾਸਟਰ 786 ਤੁਸੀਂ ਆ ਦੇ ਭਰਾ ਦਾ ਚੈਨਲ ਵੇਖਦੇ ਪਏ ਹੋ 786 ਗਾਰਡਨ ਨਰਸਰੀ ਫਾਰਮ ਜਿਹੜੇ ਮੇਰੇ ਦੋਸਤ ਮੇਰੇ ਭਰਾ ਮੇਰੇ ਚੈਨਲ ਤੇ ਨਵੇਂ ਆਏ ਨੇ ਵੀਡੀਓ ਨੂੰ ਲਾਈਕ ਕਰਨ ਸ਼ੇਅਰ ਕਰਨ ਤੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇਂ गेंटी आल तो क्लिक कर लाता बराह जी नवी वीडियो बनावे तक सब तो पे पहुँचे मेरे दोस्तों मेरे बरावो वैसे तो फुलों पौधे काफ़ी ने मेरे दोस्तों बहुत ज़्यादा फुलों वरायटियां ने मेरे दोस्तों थोड़े वास्ते बराह एक योजा अच पौधा लैके आया है फुल देखो मेरे दोस्तों बेशुमार फ ने ਆ ਦੇਖੋ ਜੀ ਕਾਫੀ ਤਦਾਦ ਦੇ ਫੁੱਲ ਨੇ ਆ ਦੇਖੋ ਜੀ ਇਹ ਦੇਖੋ ਹੋਰ ਵੀ ਆ ਡੋੜੀਆਂ ਆਂਦੀਆਂ ਭੈਣ ਕਾਫੀ ਜ਼ਿਆਦਾ ਡੋੜੀਆਂ ਆਂਦੀਆਂ ਭੈਣ ਆ ਦੇਖੋ ਮੇਰੇ ਦੋਸਤੋ ਆ ਦੇਖੋ ਆ ਫੁੱਲ ਲੱਗੇ ਖੜੇ ਨੇ ਆ ਡੋੜੀਆਂ ਆਂਦੀਆਂ ਭੈਣ ਮੇਰੇ ਦੋਸਤੋ ਕਾਫੀ ਤਦਾਦ ਦੇ ਚ ਤੇ ਐਡਾ ਵੱਡਾ ਕੱਦ ਵੀ ਨਹੀਂ ਕਰਦਾ ਪੌਦਾ ਵੀ ਛੋਟਾ ਜਿਹਿਆਂ ਦਾ ਮੇਰੇ ਦੋਸਤੋ ਇੱਕ ਗਮਲੇ ਚ ਬੜਾ ਆਸਾਨੀ ਨਾਲ ਲਗਾਇਆ ਜਾਂਦਾ ਆ ਦੇਖੋ ਮੇਰੇ ਦੋਸਤੋ ਮੇਰੇ ਭਰਾਵੋ ਪਹਿਚਾਨ ਕਰ ਲੋ ਇਸ ਪੌਦੇ ਦੀ ਬਗੈਰ ਪੈਸਾਂ ਤੋਂ ਇਹਨਾਂ ਤੁਸੀਂ ਮੇਰੇ ਦੋਸਤ ਮੇਰੇ ਭਰਾ ਘਰ ਵਿੱਚ ਬੜਾ ਆਸਾਨੀ ਨਾਲ ਤਿਆਰ ਕਰ ਸਕਦੇ ਨੇ ਇਹ ਦੇਖੋ ਇਹ ਦੇਖੋ ਮੇਰੇ ਦੋਸਤੋ ਆ ਫੁੱਲ ਵੀ ਆ ਰਹੇ ਨੇ ਤੇ ਆ ਡੋੜੀਆਂ ਵੀ ਕਾਫੀ ਲੱਗੀਆਂ ਖੜੀਆਂ ਨੇ ਇਹ ਦੇਖੋ ਇਹ ਦੇਖੋ ਮੇਰੇ ਦੋਸਤੋ ਇਹ ਦੇਖੋ ਇਹ ਗੁੱਛਾ ਨਾਲ ਫੁੱਲ ਕੱਢਦਾ ਮੇਰੇ ਦੋਸਤੋ ਇਹ ਦੇਖੋ ਮੇਰੇ ਗੁੱਛਾ ਨਾਲ ਫੁੱਲ ਆਉਂਦੇ ਮੇਰੇ ਦੋਸਤੋ ਜਿਸ ਤਰ੍ਹਾਂ ਮੇਰੇ ਦੋਸਤੋ ਸਬਜ਼ ਮਰਚ ਪੱਕ ਜਾਂਦੀ ਹੈ ਤੇ ਲਾਲ ਹੋ ਜਾਂਦੀ ਹੈ ਇਹ ਉਸ ਟੈਪ ਦਾ ਹੀ ਪੌਦਾ ਹੈ। ਮੇਰੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਡੇ ਭਰਾ ਇਸ ਬੂਟੇ ਦਾ ਨਾਮ ਵੀ ਦੱਸੇ ਤੇ ਇਹਦਾ ਲਾਉਣ ਦਾ ਤਰੀਕਾ ਵੀ ਦੱਸੇ। ਵੀ ਇਹਨੂੰ ਅਸੀਂ ਬਗੈਰ ਪੈਸੇ ਤੋਂ ਆਪਣੇ ਘਰੇ ਦੇ ਕਿਵੇਂ ਤਿਆਰ ਕਰ ਸਕਨੇ ਆ। ਵੀਡੀਓ ਪੂਰੀ ਦੇਖਿਆ ਮੇਰੇ ਦੋਸਤੋ ਤੁਹਾਡੇ ਬ੍ਰਾਹਮਾਂ ਦਾ ਟਾਈਮ ਆਇਆ ਕਰਨ ਤੋਂ ਬਗੈਰ ਕਰਨੇ ਆ ਅਸੀਂ ਅੱਜ ਦੀ ਵੀਡੀਓ ਸ਼ੁਰੂ। ਮੇਰੇ ਦੋਸਤੋ ਐ ਦੇਖੋ ਕਾਫੀ ਤਦਾਦ ਦੇ ਫੁੱਲ ਆ ਰਹੇ ਨੇ ਆ ਡੋੜੀਆਂ ਵੀ ਲੱਗੀਆਂ ਨੇ। ਇਸ ਬੂਟੇ ਦਾ ਨਾਮ ਹੈ ਮੇਰੇ ਦੋਸਤੋ ਗੁੜਲ ਮੇਰੇ ਦੋਸਤੋ ਗੁੜਲ ਦੀਆਂ ਬੇਸ਼ੁਮਾਰ ਵੈਰਾਈਟੀਆਂ ਨੇ ਬਹੁਤ ਜ਼ਿਆਦਾ ਵੈਰਾਈਟੀਆਂ ਨੇ ਮੇਰੇ ਦੋਸਤੋ ਗੁੜਲ ਦੀਆਂ ਇਹ ਉਹਨਾਂ ਚ ਇੱਕ ਵੈਰਾਈਟੀ ਹੈ ਜਿਹਨੂੰ ਇਹਦਾ ਨਾਮ ਹੈ ਜੀ ਐਸਐਸ ਜੀ ਨੂੰ ਸਦਨੇ ਮਿਰਚ ਗੁੜਲ ਮੇਰੇ ਦੋਸਤੋ ਇਹ ਲਾਲ ਮਰਚਾਂ ਤਰ੍ਹਾਂ ਇਹਨੂੰ ਫੁੱਲ ਲੱਗਦੇ ਨੇ ਆ ਦੇਖੋ ਦੂਰ ਖੜੀਆਂ ਉਹਨਾਂ ਮੇਰੇ ਦੋਸਤੋ ਇਸ ਤਰ੍ਹਾਂ ਲੱਗਦਾ ਜਿਵੇਂ ਲਾਲ ਮਰਚਾਂ ਖੜੀਆਂ ਨੇ ਇਹ ਦੇਖੋ ਮੈਂ ਮੇਰੇ ਦੋਸਤੋ ਇਸ ਦਿਨ ਆ ਮਿਰਚੀ ਗੁੜਲ ਇਹਦੇ ਫੁੱਲ ਮਸਤਾ ਟੈਪ ਹੁੰਦੇ ਨੇ ਮੇਰੇ ਦੋਸਤੋ ਤਾਂ ਵਾਸਤੇ ਇਹਦਾ ਨਾਮ ਮਿਰਚੀ ਗੁੜਲ ਰੱਖਿਆ ਹੈ ਤੇ ਇਹ ਦੇਖੋ ਮੇਰੇ ਦੋਸਤੋ ਤੁਹਾਡਾ ਭਰਾ ਇਸ ਮਿਰਚੀ ਗੁੜਲ ਦੀਆਂ ਅੱਜ ਪੌਦਾ ਤਿਆਰ ਕਰਨ ਦਾ ਤਰੀਕਾ ਦੱਸੇ ਵੀ ਕਲਮ ਨਾਲ ਮਿਰਚੀ ਗੁੜਲ ਕਿਵੇਂ ਤਿਆਰ ਕੀਤੀਦਾ ਹੈ ਇਹ ਦੇਖੋ ਮੇਰੇ ਦੋਸਤੋ ਬਹੁਤ ਖੂਬਸੂਰਤ ਪੌਦਾ ਹੈ ਮੇਰੇ ਦੋਸਤੋ ਇਸ ਪੌਦੇ ਨੂੰ ਗਮਲੇ 'ਚ ਲਗਾਣਾ ਵੇ ਜ਼ਮੀਨ 'ਚ ਲਗਾਣਾ ਵੇ ਕਿਸੇ ਜਗ੍ਹਾ ਤੇ ਵੀ ਲਗਾ ਸਕਦੇ ਨੇ ਮੇਰੇ ਦੋਸਤੋ ਇਹਦੀ ਏਡੀ ਜੜ ਨਹੀਂ ਹੁੰਦੀ ਮੇਰੇ ਦੋਸਤੋ ਇਸ ਬੂਟੇ ਦੀ ਪੂਰੀ ਸੂਰ ਜੜ ਹੁੰਦੀ ਹੈ ਇਹ ਜ਼ਿਆਦਾ ਵੱਡੀ ਜੜ ਨਹੀਂ ਕਰਦਾ ਬਾਜ਼ ਕਾਤ ਕੇ ਐਸੇ ਪੌਦੇ ਹੁੰਦੇ ਨੇ ਜਿਨ੍ਹਾਂ ਦੀ ਜੜਾਂ ਜ਼ਿਆਦਾ ਵੱਡੀਆਂ ਹੁੰਦੀਆਂ ਨੇ ਇਹਦੀ ਜੜ ਪੂਰੀ ਸੂਰੀ ਹੁੰਦੀ ਮੇਰੇ ਦੋਸਤੋ ਇਹਨੂੰ ਤੁਸੀਂ ਜ਼ਮੀਨ 'ਚ ਗਮਲੇ 'ਚ ਕਿਸੇ ਜਗ੍ਹਾ ਤੇ ਵੀ ਲਗਾ ਸਕਦੇ ਨੇ ਜਿਹੜੇ ਮੇਰੇ ਭਰਾਵਾਂ ਕੋਲ ਸੇ ਨਾ ਹੋਵੇ ਥੱਲੇ ਲਗਾਵਾਂ ਦਾ वो मेरे दोस्त मेरे बराह गमले भी लगा सकते हैं प्लास्टिक टाप्च बोतल किस जगह पर भी लगा सकते हैं तोहों हम इन कलम बनाते दिखा सलम अस कि बनावनिया ने तो किड़ी बना दे लाइनियां देखो मेरे दोस्तों देखो मेरे दोस्तों, दोस्तों साढ़े को कटर मौजूद है को कटर ना आए ਕਿਆ ਕੋ ਨਾ ਛੋਰੀ ਨਾ ਕਿਸ ਚੀਜ਼ ਨਾ ਵੀ ਮੇਰੇ ਦੋਸਤੋ ਬਣਾ ਸਕਦੇ ਨਾ ਗੁੜਲ ਦੀ ਕਰਮਾ ਇਹ ਦੇਖੋ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਆ ਦੇਖੋ ਮੇਰੇ ਦੋਸਤੋ ਗੁੜਲ ਦੀਆਂ ਸੀ ਟਾਹਣੀਆਂ ਕੱਟ ਲਿਆਂ ਦੀ ਨਾ ਦੇਖੋ ਮੇਰੇ ਦੋਸਤੋ ਐ ਗੁੜਲ ਦੀਆਂ ਸਾਰੀਆਂ ਸੀ ਟਾਹਣੀਆਂ ਕੱਟ ਲਿਆਂ ਦੀ ਇਹਨਾਂ ਫੁੱਲਾਂ ਨੇ ਮੇਰੇ ਦੋਸਤੋ ਮੇਰੇ ਭਰਾਵੋ ਹੋਣੇ ਦੇ ਕਲਮਾ ਸੀ ਤੁਹਾਨੂੰ ਦੋਸਤਾਂ ਨੂੰ ਬਣਾ ਕੇ ਦਿਖਾਸਾਂ ਮਿਰਚੀ ਗੁੜਲ ਦੀਆਂ ਸੀ ਕਲਮਾ ਕਿਸ ਤਰ੍ਹਾਂ ਬਣਾਉਣੀਆਂ ਨੇ ਮੇਰੇ ਦੋਸਤੋ ਐ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਇਹਦੇ ਪੱਤੇ ਉਤਾਰ ਲੈਣੇ ਐ ਇਸ ਤਰ੍ਹਾਂ ਮੇਰੇ ਦੋਸਤੋ ਪੱਤੇ ਉਤਾਰ ਕੇ ਇਸ ਤਰ੍ਹਾਂ ਆ ਦੇਖੋ ਮੇਰੇ ਦੋਸਤੋ ਹ 1 ਇੰਚ ਇਹਨਾਂ ਛੱਡ ਤੇ ਇਸ ਗੱਡ ਦੇ ਨਾਲ ਕੱਟਣਾ ਹੈ ਇਹ ਗਾੜ੍ਹੇ ਮੇਰੇ ਦੋਸਤੋ ਇਹਨਾਂ 1 ਇੰਚ ਛੱਡ ਤੇ ਕੱਟਣਾ ਆ ਦੇਖੋ ਮੇਰੇ ਦੋਸਤੋ ਕੱਟ ਲਿਆ ਅਸੀਂ ਇਹ ਮੇਰੇ ਦੋਸਤੋ ਛੇ ਤੋਂ ਅੱਜ 8 ਇੰਚ ਤੱਕ ਕਲਮ ਬਣਾ ਸਕਦੇ ਨੇ ਜ਼ਿਆਦਾ ਲੰਮੀ ਨਹੀਂ ਕਲਮ ਬਣਾਉਣੀ ਮੇਰੇ ਦੋਸਤੋ ਆ ਦੇਖੋ ਮੇਰੇ ਦੋਸਤੋ इस तरह कलम बना लेनिया ना यह मेरे दोस्तों इन असी गमले लगा के दिखा सोस्तान को देखो इस तरह पौधा तैयार हो जाएगा मेरे दोस्तों इन गमले लगा सी देखो मेरे दोस्तों एडी कलम बनानी मेरे दोस्तों पत्ते सारे उतारने ने बिल्कुल मुडू नहीं कट्टे ये देखो मेरे दोस्तों इस तरह पत्ते उतार लेने बिल्कुल मुडू पत्ते नहीं उतारने थोड़ा जी ज्डते पत्ते उतारने मुडू उतार के नवी शाखा आदि ने, ने फिर खराब ना ये देखो मेरे दोस्तों इस तरह ये मेरे दोस्तों इस तरह पौधा अमले लगावे शाख एक गमले तैयार हो जाए पौधा देखो मेरे दोस्तों ਆ ਦੇਖੋ ਮੇਰੇ ਦੋਸਤੋ ਇਹ ਪਾਦਾ ਇਸ ਤਰ੍ਹਾਂ ਗਮਲੇ ਜਲਾ ਬੈਸ ਆ ਦੇਖੋ ਮੇਰੇ ਦੋਸਤੋ ਬੜਾ ਆਸਾਨ ਤਰੀਕਾ ਇਹਦਾ ਲਗਾਉਣ ਦਾ ਇਹਦਾ ਨਾਂ ਜੀ ਮੇਰੇ ਦੋਸਤੋ ਮਿਸਤੀ ਗੁੜਾ ਇਹ ਦੇਖੋ ਮੇਰੇ ਦੋਸਤੋ ਮਿਸਤੀ ਗੁੜਲ ਦੀਆਂ ਸਿਕਲਮਾ ਬਣਾ ਲਈ ਮੇਰੇ ਦੋਸਤੋ ਇਹ ਦੇਖੋ ਆ ਦੇਖੋ ਮੇਰੇ ਦੋਸਤੋ ਸਾਡੇ ਕੋ ਸ਼ਾਪਰੀਆਂ ਭਰੀਆਂ ਮੌਜੂਦ ਹਨ ਸਿ ਭਰੀਆਂ ਨੇ ਮੇਰੇ ਦੋਸਤੋ ਆ ਦੇਖੋ ਮੇਰੇ ਦੋਸਤੋ ਇੱਕ ਖਾਲੀ ਸ਼ਾਪਰੀ ਲੈ ਲੈਣੀ ਹੈ ਮੇਰੇ ਦੋਸਤੋ ਸ਼ਾਪਰੀ ਨੂੰ ਨਹਿਰ ਦੀ ਮਿੱਟੀ ਦੇ ਨਾਲ ਭਰ ਲੈਣਾ ਹੈ ਪਰੰਤ ਬਾਅਦ ਮੇਰੇ ਦੋਸਤੋ ਸ਼ਾਪਰੀਨ ਚਾਰ ਸੁਰਾਖ ਕਰ ਲੈਣੇ ਨੇ ਸਾਡੇ ਕੋ ਸੰਭਾ ਮੌਜੂਦ ਹੁੰਦਾ ਮੇਰੇ ਦੋਸਤੋ ਤੁਹਾਡੇ ਕੋ ਸੰਭਾ ਨਾਵੇ ਲੱਕੜੀ ਦੇ ਨਾਲ ਮੇਰੇ ਦੋਸਤੋ ਛੋਟੀ ਜੀ ਲੱਕੜੀ ਲੈ ਲੈਣੀ ਹੈ ਲੱਕੜੀ ਦੇ ਨਾਲ ਮੇਰੇ ਦੋਸਤੋ ਸੁਰਾਖ ਕਰ ਲੈਣੇ ਆ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਸਰਾਖ ਕਰ ਲੈਣੇ ਨੇ ਦੇਖੋ ਇਸ ਸਰਾਖ ਵੱਡਾ ਹੋ ਗਿਆ ਇਹ ਛੋਟੇ ਛੋਟੇ ਸਰਾਖ ਕਰ ਲੈਣੇ ਨੇ ਚਾਰ ਸਰਾਖ ਕਰਨੇ ਨੇ ਦੋ ਸੁਰਤ ਦੋ ਐਸਾਈਡ ਤੋਂ ਮਿਲ ਦੋਸਤੋ ਇਸ ਤਰ੍ਹਾਂ ਸਰਾਖ ਕਰ ਲੈਣੇ ਨੇ ਸਰਾਖ ਕਰਨ ਤੋਂ ਬਾਅਦ ਮੇਰੇ ਦੋਸਤੋ ਇਹਨਾਂ ਤੁਸੀਂ ਨਹਿਰ ਦੀ ਮਿੱਟੀ ਨਾਲ ਭਰ ਲੈਣਾ ਅਗਰ ਮੇਰੇ ਦੋਸਤੋ ਨਹਿਰ ਦੀ ਮਿੱਟੀ ਲੱਗੇ ਨਾ ਮਿਲੇ ਨਹਿਰ ਨਾ ਲੱਗੇ ਨਾ ਆਵੇ ਤੇ ਖਾਲੇ ਜੀ ਮਿੱਟੀ ਕਾੜਦੇ ਮੇਰੇ ਦੋਸਤੋ ਇਹਨੂੰ ਭਰ ਸਕਦੇ ਨੇ ਭਰਨ ਤੋਂ ਬਾਅਦ ਮੇਰੇ ਦੋਸਤੋ इस तरह क्यारे जोड़ लैने जिस तरह साढ़िया थैलियां जुड़ी हुई है मेरे दोस्तों छोटी जी क्यारी बनाते दे होंगे जोड़ते दोस्तों। तो दोस्तों। हैं। हैं। था था हैं। मेरे दोस्तों जोड़न तो बाद मेरे दोस्तों एक लकड़ की किली लेनी लक्ड़ू गड़ लेना मेरे दोस्तों लकड़ू गड़ के हों किली बना लेनी मेरे दोस्तों इस तरह हैगी फिर इन्होंने इस तरह मेरे दोस्तों सुराख का लेने इस तरह इस तरह मेरे दोस्तों ਆਹ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਨੁਸਖਾ ਕੱਢ ਲੈਣੇ ਨੇ ਇਹ ਦੇਖੋ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਸੁਰਾਖ ਕੱਢ ਲੈਣੇ ਨੇ ਇਹ ਦੇਖੋ ਮੇਰੇ ਦੋਸਤੋ ਇਹ ਕਾਫੀ ਸਾਰੇ ਕਲਮਾ ਨੇ ਮੇਸੀ ਗੋੜਲ ਦੀਆਂ ਹੋਰ ਵੀ ਸਾਡੇ ਕੋ ਪਈਆਂ ਨੇ ਲਗਾਉਣ ਦਾ ਤਰੀਕਾ ਇਹ ਮੇਰੇ ਦੋਸਤੋ ਵੀ ਇਹਦੇ ਤੇ ਪੱਤੇ ਨਹੀਂ ਨੇ आम बंद इनका पता नहीं लगना यह पुठ सैड कहड़ी सीधी केड़ी मेरे दोस्तों आम बंद इन पता नहीं चलता मेरे दोस्तों भी पुठी कड़ी सीधी केड़ी, केड़ी। बाजू लोग इस तरह लगा लेंगे इस तरह नहीं लगना मेरे दोस्तों तू तो मैं कलम की पहचान दसता पाया देखो मेरे दोस्तों इतू पत्ता इंता टूटा हो देखो ना मेरे दोस्तों यू पत्ता टूटे हो देखो अतली साइड से आखिर खड़ी गड खड़ी है ਇਹ ਉਤਲੀ ਸਾਈਡ ਦੇਖ ਲਓ ਮੇਰੇ ਦੋਸਤ ਇਹ ਪੱਤਾ ਹੈ ਇਹ ਗੱਡ ਹੈ ਜਿੱਥੇ ਇਹਨਾਂ ਸ਼ਾਖ ਕਰਨੀ ਇਹ ਪਾਸ ਉਤੋਂ ਉਤੋਂ ਤਾਂ ਕਰਨਾ ਉਤਲੀ ਸਾਈਡ ਉਤੋਂ ਕਰਨੀ ਹੈ ਇਹ ਪੱਤੇ ਵਾਲੀ ਸਾਈਡ ਮੇਰੇ ਦੋਸਤੋ ਥੱਲੇ ਕਰਨੀ ਹੈ ਦੇਖੋ ਇਹ ਪੱਤਾ ਇੱਥੇ ਜਿਹੜਾ ਅਸੀਂ ਪੱਤਾ ਕਟਿਆ ਸੀ ਇਹ ਉਹ ਤੇ ਇਹਦੀ ਸ਼ਾਖ ਇੱਥੋਂ ਨਿਕਲਦੀ ਸੀ ਇਹ ਗੱਡ ਖੜੀ ਹੈ ਇਹ ਦੇਖੋ ਮੇਰੇ ਦੋਸਤੋ ਇੱਥੇ ਪੱਤਾ ਟੁੱਟਿਆ ਮੇਰੇ ਦੋਸਤੋ ਇਹ ਗੱਡ ਹੈ ਇਹਨੂੰ ਇਸ ਤਰ੍ਹਾਂ ਲਗਾਉਣਾ ਹੈ ਇਹਨੂੰ ਇਸ ਤਰ੍ਹਾਂ ਨਹੀਂ ਲਗਾਉਣਾ ਮੇਰੇ ਦੋਸਤੋ ਇਸ ਤਰ੍ਹਾਂ ਪੱਤੇ ਆੜ ਸਾਈਡ ਥੱਲੇ ਕਰਨੀ ਹੈ ਇਹ तकरीबन ਇੰਨਾ ਖੱਡਾ ਲਾਣਾ ਮੇਰੇ ਦੋਸਤੋ ਦੋ ਗੱਡਾਂ ਜਿਹੜੀਆਂ ਨੇ ਸ਼ਾਪਰੀ ਜਾਣੀਆਂ ਚਾਹੀਦੀਆਂ ਨੇ ਮੇਰੇ ਦੋਸਤੋ ਇਸ ਤਰ੍ਹਾਂ ਮੇਰੇ ਦੋਸਤੋ ਕਲਮਾ ਲਗਾਨੀ ਮਿੱਟੀ ਘੁਲਦੀ ਹੈ ਇਹ ਦੇਖੋ ਮੇਰੇ ਦੋਸਤੋ ऐ देखो मेरे दोस्तों ऐ देखो मेरे दोस्तों ये तरीकेकार है मेरे दोस्तों मिर्ची गड़दियाँ कलम लगा मेरे दोस्तों मेरे दोस्तों कलम जिते भी लगानी छावे लगा है थुप कलम नहीं लगाने थुप कलम खराब हो जाती मेरे दोस्तों जो तैयार हो जाए जद चल पवे उस जिते मर्जी मेरे दोस्तों रख सकते हो लगा सकते हो मेरे दोस्तों हूँ थोड़ा बिरा ਕਲਮਾਨੋ ਜਿਹੜੀਆਂ ਅਸੀਂ ਬਕਾਇਆ ਰੱਖਿਆ ਸੀ ਹਿੰਦੂਸੇ ਗਮਲੇ ਚ ਲਗਾ ਦਿੱਤੇ ਤੁਹਾਨੂੰ ਦਿਖਾਸ ਮੇਰੇ ਦੋਸਤੋ ਸਾਡੇ ਕੋ ਨਹਿਰ ਦੀ ਢਾਲ ਮਜੂਦ ਹੈ ਜਿੰਦੇ ਨਾਲ ਅਸੀਂ ਛਾਪਰੀਆਂ ਵੀ ਭਰਨੇ ਆ ਮੇਰੇ ਦੋਸਤੋ ਤੇ ਗਮਲੇ ਵੀ ਇਸੇ ਢਾਲ ਦੇ ਨਾਲ ਮੇਰੇ ਦੋਸਤੋ ਭਰਨੇ ਆ ਆ ਦੇਖੋ ਮੇਰੇ ਦੋਸਤੋ ਨਹਿਰ ਦੀ ਢਾਲ ਹੈ ਸਾਡੇ ਕੋ ਇਹਦੇ ਨਾਲ ਅਸੀਂ ਇੱਕ ਛੋਟੇ ਸਾਈਜ਼ ਦਾ ਗਮਲਾ ਲਿਆ ਮੇਰੇ ਦੋਸਤੋ ਇਹ ਦੇਖੋ ਛੋਟੇ ਸਾਈਜ਼ ਦਾ ਗਮਲਾ ਲਿਆ ਇਹਨੂੰ ਅਸੀਂ ਭਰਾਂਗੇ ਅਦੇਖੋ ਮੇਰੇ ਦੋਸਤਾਂ ਦੇ ਵਿੱਚ ਅਸੀਂ ਰੱਖਾਂਗੇ ਵਿਕਰੀ ਅਸਰਾ ਅਖਰੀ ਜਗ੍ਹਾ ਮੇਰੇ ਦੋਸਤੋ ਇਹਦੇ ਕੁਮਰ ਦੋਸਤੋ ਇਹਨਾਂ ਵਿੱਚ ਭਰਾਂਗੇ ਨਹਿਰ ਦੀ ਭਾਲ ਦੇ ਨਾਲ ਆ ਦੇਖੋ ਮੇਰੇ ਦੋਸਤੋ ਇਹ ਆ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਇਹਨੂੰ ਭਰ ਕੇ ਇਹਨੂੰ ਫਿਰ ਇਸ ਤਰ੍ਹਾਂ ਛੰਡਣਾ ਹੈ ਤਾਂ ਕਿ ਮਿੱਟੀ ਜਿਹੜੀ ਹੈ ਖੱਲੇ ਬਾਝਾਵੇ ਆ ਦੇਖੋ ਮੇਰੇ ਦੋਸਤੋ ਐਸ ਤਰ੍ਹਾਂ ਛੰਡ ਦੇਣਾ ਆ ਦੇਖੋ ਇਹਨੇ ਕੁਝ ਕਰ ਦੇਣਾ ਮੇਰੇ ਦੋਸਤੋ ਉਸ ਤੋਂ ਬਾਅਦ ਮੈਂ ਇੱਕ ਦੋਸਤੋ ਐਸੀ ਸਰਾਖ ਕਰ ਲਿਆ ਜਿੱਥੇ ਅਸੀਂ ਇੱਕ ਕਲਮਾ ਲਗਾਵਾਂਗੇ ਮਿਸਟਿਕ ਗੁੜਲ ਦੀ ਮੇਰੇ ਦੋਸਤੋ ਐ ਦੇਖੋ ਮੇਰੇ ਦੋਸਤੋ यह देखो मेरे दोस्तों मिर्ची गुडल कलमा जड़िया ने सिर आई कलम है वो असि गमले लगा दी मेरे दोस्तों ये देखो मेरे दोस्तों माशाला खूबसूरती बन गया देखो मेरे दोस्तों मिर्ची गुडल ने गमले लगा दिता खूबसूरती काफी बन मेरे दोस्तों गमलों गुडल द कलमा लगाते मेरे दोस्तों ਜਾਵੇਂ ਰੱਖਣੀ ਜੇਦਾ ਪਾਦਾ ਚੱਲ ਪਵੇ ਉਸ ਤੋਂ ਬਾਅਦ ਮੇਰੇ ਦੋਸਤੋ ਜਿੱਥੇ ਮਰਜ਼ੀ ਰੱਖ ਸਕਦੇ ਨੇ ਤੁਸੀਂ ਇਹਨਾਂ ਗਮਲੇ ਲਗਾਓ ਪਲਾਸਟਰ ਦੇ ਟਾਪੇ ਚ ਲਗਾਓ ਛੋਟੀਆਂ ਬਾਟੀਆਂ ਜੀ ਵੀ ਮੇਰੇ ਦੋਸਤੋ ਤੁਸੀਂ ਮਿਰਚੀ ਗੁਰੜ ਦੀ ਗਲਮ ਲਗਾ ਤੇ ਪਾਤਾ ਤਿਆਰ ਕਰ ਸਕਦੇ ਨੇ ਤੇ ਮੇਰੇ ਦੋਸਤੋ ਪਲਾਸਟਰ ਦੀ ਬੋਤਲਾਂ ਜੀ ਵੀ ਲਗਾ ਸਕਦੇ ਨੇ ਇਹਦੀ ਐਡੀ ਗਾਰਡਨ ਨਹੀਂ ਹੁੰਦੀ ਮੇਰੇ ਦੋਸਤ ਪਾਣੀ ਪਾਣ ਦਾ ਤਰੀਕਾ ਕਰਿਆ ਮੇਰੇ ਦੋਸਤੋ ਜਿਸ ਤਰ੍ਹਾਂ ਮਿੱਟੀ ਬਿਲਕੁਲ ਸਫੈਦ ਹੋ ਜਾਵੇ ਉਸ ਵਕਤ ਇਸ ਗਮਲੇ ਨੇ ਮੇਰੇ ਦੋਸਤੋ ਦੋ ਦਫਾ ਪਾਣੀ ਨਾ ਭਰਨਾ ਹੈ ਦੋ ਦਫਾ ਰੋਜ਼ ਪਾਣੀ ਨਹੀਂ ਲਗਾਉਣਾ ਮੇਰੇ ਦੋਸਤੋ ਇਹ ਗਮਲੇ ਨੂੰ ਜਦੋਂ ਵੀ ਭਰਨਾ ਮੇਰੇ ਦੋਸਤੋ ਤਸल्ली ਦੇ ਨਾਲ ਇਹਨੂੰ ਪਾਣੀ ਨਾ ਭਰਨਾ ਇੱਕ ਦਫਾ ਪਾਣੀ ਪਾ ਲੈਣਾ ਫਿਰ ਇਹ ਪਾਣੀ ਖੁਸ਼ਕ ਹੋ ਜਾਏਗਾ ਫਿਰ ਦੁਬਾਰੇ ਫਿਰ ਭਰਨਾ ਮੇਰੇ ਦੋਸਤੋ ਅਗਰ ਥੋੜਾ ਪਾਣੀ ਮੇਰੇ ਦੋਸਤੋ ਇਹਨੂੰ ਲਗਾਸੋ ਪਾਣੀ ਥੱਲੇ ਜੜਨ ਤੱਕ ਨਹੀਂ ਜਾਣਾ ਤੇ ਪੌਦਾ ਸਾਡਾ ਮਿਰਚ ਗੁੜਾਲਾ ਖਰਾਬ ਹੋ ਜਾਸੀ ਪੌਦਾ ਚੱਲਣਾ ਨਹੀਂ ਮੇਰੇ ਦੋਸਤੋ ਤੇ ਰੋਜ਼ ਪਾਣੀ ਵੀ ਨਹੀਂ ਲਗਾਉਣਾ ਮੇਰੇ ਦੋਸਤੋ ਜਦੋਂ ਵੀ ਪਾਣੀ ਲਗਾਉਣਾ ਇਹਨੂੰ ਭਾਰਤੇ ਲਗਾਉਣਾ ਦੋ ਦਫਾ ਲਗਾਉਣਾ ਹੈ ਜਦੋਂ ਮਿੱਟੀ ਦਾ ਰੰਗ ਬਿਲਕੁਲ ਸਫੈਦ ਹੋ ਜਾਵੇ ਇਸ ਤਰ੍ਹਾਂ ਉਸ ਵਕਤ ਇਹਨੂੰ ਮੇਰੇ ਦੋਸਤੋ ਪਾਣੀ ਲਗਾਉਣਾ ਹੈ ਪਾਣੀ ਮੇਰੇ ਦੋਸਤੋ ਇਹਨੂੰ ਮਿੱਠਾ ਲਗਾਉਣਾ ਹੈ ਕੋਹੜਾ ਪਾਣੀ ਨਹੀਂ ਲਗਾਉਣਾ ਮੇਰੇ ਦੋਸਤੋ ਜਿਹੜਾ ਆਪਾਂ ਪੀਂਦੇ ਆ ਮੇਰੇ ਦੋਸਤੋ ਉਹ ਪਾਣੀ ਇਹਨੂੰ ਲਗਾਉਣਾ ਹੈ ਇਹਨੂੰ ਮੇਰੇ ਦੋਸਤੋ ਕੋਹੜਾ ਪਾਣੀ ਬਿਲਕੁਲ ਨਹੀਂ ਲਗਾਉਣਾ ਕੋਹੜੇ ਪਾਣੀ ਦੇ ਨਾਲ ਮੇਰੇ ਦੋਸਤੋ ਪੌਦੇ ਖਰਾਬ ਹੋ ਜਾਂਦੇ ਨੇ ਬਾਜ਼ੂਕਤ ਕੇ ਐਸੇ ਪੌਦ ਜਿਹੜੇ ਕੋਹੜੇ ਪਾਣੀ ਦੇ ਨਾਲ ਨਹੀਂ ਚਲਦੇ ਇਹ ਸੀ ਮਿਰਚ ਗੁੜ੍ਹਲ ਤਿਆਰ ਕਰਨ ਦਾ ਮੇਰਾ ਦੋਸਤ ਤਰੀਕਾ ਤੇ ਬਰਾਦਰ ਦੀ ਵੀਡੀਓ ਚੰਗੀ ਲੱਗੇ ਤੇ ਬਰਾਦਰ ਦੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਬਰਾਦਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਨੂੰ ਆਲਟ ਕਲਿੱਕ ਕਰ ਲਓ ਮੈਂ ਸਾਂ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਅੱਲਾਹ ਹਾਫਿਜ਼